ਇਹ ਬਹੁਤ ਮਜ਼ੇਦਾਰ ਖਰਗੋਸ਼ ਹੈ। ਇੱਕ 10 ਸੈਂਟੀਮੀਟਰ ਵੱਡੇ ਚੌਰਸ ਕਾਗਜ਼ ਨੂੰ ਤਿਕੋਣ ਦੇ ਆਕਾਰ ਵਿੱਚ ਮੋੜੋ। ਹੁਣ ਇਸ ਨੂੰ ਛੋਟੇ ਤਿਕੋਣ ਵਿੱਚ ਮੋੜੋ। ਇਹ ਅੰਗਰੇਜ਼ੀ ਦੇ 20 ਅੱਖਰ ਦੀ ਤਰ੍ਹਾਂ ਲੱਗੇਗਾ। ਹੁਣ ਕਾਗਜ਼ 'ਤੇ ਇੱਕ ਕਰਵ ਬਣਾਓ ਖਰਗੋਸ਼ ਦੇ ਕੰਨ ਲਈ। ਇਹ ਨਿਸ਼ਾਨ ਲਾਈ ਹੋਈ ਰੇਖਾ ਨੂੰ ਮੋੜੋ। ਹੁਣ ਅੱਖਾਂ ਵੀ ਬਣਾਓ, ਫਿਰ ਕਰਵ ਨੂੰ ਫਾੜੋ। ਹੁਣ ਇਸਦੇ ਉੱਪਰਲੇ ਹਿੱਸੇ ਨੂੰ ਨਿਸ਼ਾਨ ਲਾਈ ਹੋਈ ਰੇਖਾ ਦੇ ਨਾਲ ਮੋੜੋ। ਉਸਦੇ ਪਿਛਲੇ ਪਾਸੇ ਨੂੰ ਅੱਗੇ ਦੀ ਤਰਫ ਮੋੜੋ ਅਤੇ ਖਰਗੋਸ਼ ਦੀਆਂ ਲੱਤਾਂ ਬਣਾਓ। ਅਖੀਰ ਵਿੱਚ ਖਰਗੋਸ਼ ਦੀਆਂ ਅਗਲੀਆਂ ਲੱਤਾਂ ਨੂੰ ਮੁੜੀ ਹੋਈ ਰੇਖਾ ਦੇ ਥੱਲੇ ਫੜੋ। ਹੁਣ ਉਸਦੀ ਪੂੰਛ ਨੂੰ ਅੱਗੇ ਪਿੱਛੇ ਘੁਮਾਓ ਤਾਂ ਜੋ ਉਸਦੇ ਕੰਨ ਫੜਫੜਾਉਣ।